ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਪੰਜਵੜ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਅੱਜ 16ਵਾਂ 17ਵਾਂ ਦਿਨ ਸਾਡਾ ਸਰਬਲੋਹ ਦੇ ਬਾਟਿਆਂ ਦਾ ਜਲ ਲੰਗਰ ਚੱਲਦਾ ਹੋਇਆ। ਇੱਥੇ ਜਲ ਛਕਾਉਂਦੇ ਹਾਂ ਅਤੇ ਹਰ ਤਰ੍ਹਾਂ ਦੀ ਬਿਮਾਰੀ ਗੁਰੂ ਸਾਹਿਬ ਦੇ ਬਾਟੇ ਦੇ ਵਿੱਚ ਠੀਕ ਹੋ ਜਾਂਦੀ ਆ। ਸੰਗਤ ਆਉਂਦੀ ਆ ਜਲ ਛਕਦੀ ਹੋਈ ਅਤੇ ਪੁੱਛਦੇ ਹਾਂ ਸੰਗਤ ਨੂੰ ਵੀ ਕਿੰਨਾ ਕੁ ਫਰਕ ਗੁਰੂ ਸਾਹਿਬ ਦੇ ਬਾਟੇ ਦੇ ਵਿੱਚ, ਕਿੰਨੀ ਪਾਵਰ ਹੈ ਬਾਣੀ ਦੇ ਵਿੱਚ, ਕਿੰਨੀ ਪਾਵਰ ਹੈ ਬਾਟੇ ਦੇ ਵਿੱਚ, ਕਿੰਨੀ ਪਾਵਰ ਹੈ ਬਾਣੀ ਦੇ ਵਿੱਚ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਆ ਪਹੁੰਚਾ ਹੁਣ। ਪਹਿਲਾਂ ਕੀ ਸੀ ਪ੍ਰੋਬਲਮ? ਥਾਇਰਡ ਦੀ। ਹੋਰ ਕਿੰਨੇ ਚਿਰ ਤੋਂ ਖਾ ਰਹੇ ਗੋਲੀਆਂ? ਅੱਛਾ, ਨਹੀਂ ਮਤਲਬ ਕਿ 10 ਸਾਲ ਹੋ ਗਏ? 15 ਸਾਲ ਹੋ ਗਏ। 10 ਸਾਲ ਗੋਲੀਆਂ ਖਾਂਦੇ ਨੂੰ ਹੋ ਗਏ? ਹਾਂਜੀ। ਠੀਕ ਆ, ਹੁਣ ਹੁਣ ਗੋਲੀ ਤਾਂ ਨਹੀਂ ਖਾਧੀ ਕੋਈ? ਕਿੰਨੇ ਕਿੰਨੇ ਬਾਟੇ ਪੀਂਦੇ ਆ? ਪੰਜ ਪੰਜ ਪੀਂਦੇ। ਫਰਕ ਆ ਪੂਰਾ, ਨੀਂਦ ਆਉਂਦੀ ਹੁਣ? ਵਧੀਆ, ਕਿਰਪਾ। ਦੇਖੋ ਇਹਦੇ ਵਿੱਚ ਜਿਵੇਂ ਅਸੀਂ ਪ੍ਰਚਾਰ ਕਰਦੇ ਹੁਣ, ਤੁਸੀਂ ਹੁਣ ਠੀਕ ਹੋ ਗਏ, ਤੁਹਾਡੀਆਂ ਸਾਡੀਆਂ ਭੈਣਾਂ ਤੁਹਾਨੂੰ ਵੇਖ ਕੇ ਠੀਕ ਹੋ ਜਾਣਗੀਆਂ। ਉਹ ਕਹਿਣਗੀ ਮੈਂ ਵੀ ਥਾਇਰਡ ਆ, ਮੈਂ ਵੀ ਬਾਟੇ 'ਚ ਖਾਵਾਂ। ਇਸ ਕਰਕੇ ਸਾਨੂੰ ਇਹ ਵੀਡੀਓ ਬਣਾਉਂਦੇ ਹਾਂ ਅਸੀਂ, ਕੋਈ ਇਹ ਸਿਰਫ ਸਾਡੇ ਪੇਜ 'ਤੇ ਹੁੰਦੀ ਆ। ਕਹਿਣ ਦਾ ਜਦੋਂ ਕੋਈ ਦੇਖੂਗਾ ਅਲੱਗ ਕਹੂਗਾ ਵੀ ਹਾਂ ਇਹਨੂੰ ਫਰਕ ਪੈ ਸਕਦਾ ਤਾਂ ਮੈਨੂੰ ਕਿਉਂ ਨਹੀਂ ਪੈ ਸਕਦਾ, ਜੇ ਇਹ ਬਾਟੇ 'ਚ ਖਾ ਸਕਦੇ ਤਾਂ ਅਸੀਂ ਕਿਉਂ ਨਹੀਂ ਖਾ ਸਕਦੇ। ਇਸ ਕਰਕੇ ਤੁਹਾਡਾ ਦੇਖਦੇ ਹਿੰਸਾ ਪੈ ਜੂਗਾ। ਜੇ ਬਾਬਾ ਜੀ ਰਾਤ ਦਵਾਈ ਖਾ ਕੇ ਨਾ ਸੋਨੇ, ਮੈਂ ਮੰਜੇ ਤੋਂ ਥੋੜਾ ਉੱਠ ਸਕਦੀ ਆ। ਅੱਛਾ ਜੀ, ਹਾਂਜੀ। ਉਦੋਂ ਦੀ ਮੈਂ ਤੁਰੀ ਫਿਰਦੀ ਆ ਕਿ ਮੇਰੇ ਜੋਰ ਜਾਰ ਠੀਕ ਆ ਤੇ ਠੀਕ ਕੰਮ ਕਰਦੇ ਆ। ਹਾਂਜੀ, ਪਹਿਲਾਂ ਕੰਮ ਨਹੀਂ ਹੁੰਦਾ ਸੀ? ਕੰਮ ਮੈਂ ਦਵਾਈ ਖਾ ਕੇ ਕਰਦੀ ਸੀ, ਹੁਣ ਦਵਾਈ ਤੋਂ ਬਿਨਾ ਕੰਮ ਹੁੰਦਾ? ਹਾਂਜੀ ਜੀ। ਮੈਂ ਇੱਥੇ ਆਉਂਦੀ। ਕਿੰਨੇ ਕਿੰਨੇ ਬਾਟੇ ਪੀਨੇ ਆ? ਪੰਜ ਪੀ ਜਾਂਦੇ ਆ। ਪਤਾਸੇ ਵਾਲਾ ਪੀਨੇ ਆ ਤੇ ਸ਼ਾਮਾਂ ਨੂੰ ਦਲੀਆ ਖਾਂਦੇ ਆ? ਠੀਕ ਆ, ਠੀਕ ਆ। ਚਲੋ ਕਿਰਪਾ ਕਰੂਗਾ, ਜੇ 4 ਦਿਨ 'ਚ ਤੁਹਾਨੂੰ ਇੰਨਾ ਫਰਕ ਆ ਤਾਂ ਫਿਰ ਸਾਰੀ ਉਮਰ ਬਾਟੇ 'ਚ ਖਾਓਗੇ, ਕਿਰਪਾ ਹੀ ਰਹੂਗੀ। ਠੀਕ ਆ, ਕਿਰਪਾ ਗੁਰੂ ਨਾਨਕ ਦੇਵ ਨੇ ਕਰਨੀ ਹੈ, ਗੁਰੂ ਕਲਗੀ ਤਰ ਪਾਤਸ਼ਾਹ ਨੇ ਕਰਨੀ। ਠੀਕ ਆ ਫੌਜਾਂ, ਫਰਕ ਆ ਪੂਰਾ ਜੀ? ਤੁਹਾਨੂੰ ਕੀ ਫਰਕ ਪਿਆ? ਬਾਬਾ ਜੀ ਮੇਰੇ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ। ਅੱਛਾ ਜੀ, ਹੁਣ ਵਧੀਆ ਹੁੰਦੇ? ਮੈਂ ਬਾਟੇ ਛਕਾਨੀ ਆ, ਸਵੇਰ ਉੱਠ ਜਾਂਦਾ। ਕਿੰਨੇ ਕਿੰਨੇ ਬਾਟੇ ਪੀਨੇ ਆ? ਪੰਜ ਪੰਜ ਪੀਨੇ ਆ। ਤੇ ਜਲ ਪੀ ਕੇ ਪੇਟ ਤਾਂ ਨਹੀਂ ਭਰਦਾ? ਮਹਿਸੂਸ ਤਾਂ ਨਹੀਂ? ਆਪਾਂ ਘਰੇ ਗਲਾਸ ਪੀਨੇ, ਪੇਟ ਭਰ ਜਾਂਦਾ। ਇਹ ਬਾਟੇ 'ਚ 2 ਗਲਾਸ ਪੀਨੇ ਆ। 5 ਬਾਟਿਆਂ ਦੇ ਕਿੰਨੇ ਗਲਾਸ ਹੋ ਗਏ? 10 ਗਲਾਸ ਘਰੇ ਪੀਤੇ ਕਦੇ? ਹਰ ਬੱਚੇ ਜਮ੍ਹਾਂ ਨਹੀਂ ਪੀਂਦੇ, ਇਹ ਵੀ ਪੀ ਜਾਂਦੇ ਆ। ਕਿਰਪਾ ਦੇਖੋ, ਬੱਚੇ ਪੀ ਜਾਂਦੇ ਹਨ। ਤੇ ਜੇ ਤੁਸੀਂ 4 ਦਿਨ 'ਚ ਠੀਕ ਹੋ ਸਕਦੇ ਆ ਫਿਰ ਸਾਰੀ ਉਮਰ ਛਕਣਾ। ਦੇਖੋ ਇੱਕ ਤਾਂ ਬਾਟਾ ਬਿਮਾਰੀ ਠੀਕ ਕਰਦਾ, ਇੱਕ ਕੈਮ ਵੀ ਕਰਦਾ, ਕੰਮ ਕਰਨ ਨੂੰ ਜੀ ਵੀ ਕਰਦਾ, ਬਾਣੀ ਪੜ੍ਹਨ ਨੂੰ ਵੀ ਜੀ ਕਰਦਾ। ਹਰ ਇੱਕ ਤੁਹਾਡਾ ਵੇਟ ਹੋਇਆ ਲੂਜ਼? ਪੈਰ ਨਾਲੋਂ ਵੇਟ ਲੂਜ਼ ਹੋਇਆ? 4 ਦਿਨ 'ਚ ਲੱਗਦਾ ਤੁਹਾਨੂੰ? ਠੀਕ ਹੈ, ਕਿਰਪਾ। ਠੀਕ ਹੈ, ਠੀਕ। ਦੇਖੋ ਕਿਰਪਾ ਗੁਰੂ ਸਾਹਿਬ ਦੀ, ਕਲਗੀ ਤਰ ਪਾਤਸ਼ਾਹ ਦੀ ਆ। ਇਹ ਸੰਗਤ ਐਂ ਜਲ ਸਕਦੀ ਆ ਤੇ ਕਿਰਪਾ ਗੁਰੂ ਸਾਹਿਬ ਨੇ ਕਰਨੀ ਆ, ਮਾਂਜਣਾ ਅਸੀਂ ਆ, ਮਿਹਨਤ ਸਾਡੀ ਆ, ਰਹਿਮਤ ਗੁਰੂ ਦੀ ਆ। ਆਹ ਬਾਟਾ ਮਾਣਦੇ ਆ, ਇਹ ਰੇਤਾ ਹੁੰਦਾ, ਰੇਤੇ ਨਾਲ ਤੁਸੀਂ ਐਂ ਮਾਂਜਣਾ ਬਾਟਾ, ਇਹਨੂੰ ਚਮਕਾਉਣਾ। ਤੁਸੀਂ ਬਾਟਾ ਚਮਕਾਇਓ, ਬਾਟਾ ਤੁਹਾਨੂੰ ਚਮਕਾਊਗਾ। ਤੁਸੀਂ ਬਾਟਾ ਨਾ ਛੱਡਿਓ, ਬਿਮਾਰੀ ਨਹੀਂ ਛੱਡਦਾ। ਬਹੁਤ ਕਿਰਪਾ ਹੋਣੀ ਹੈ ਤੁਹਾਡੇ 'ਤੇ ਅਤੇ ਬਾਣੀ ਪੜ੍ਹ ਕੇ ਹੀ ਬਾਟਾ ਛਕਣਾ, ਸਿਮਰਨ ਕਰਕੇ ਹੀ ਬਾਟਾ ਛਕਣਾ, ਮੂਲ ਮੰਤਰ ਕਰਕੇ ਹੀ ਬਾਟਾ ਛਕਣਾ, ਫਿਰ ਕਿਰਪਾ ਹੱਦੋਂ ਵੱਧ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।